ਇਹਨੂੰ ਦੇਖੋ ਜੀ ਇਹ ਹਰਜੋਤ ਬੈਂਸ ਜਿਹੜੇ ਆਪਣੇ ਮੰਤਰੀ ਸਾਹਿਬ ਹੈ ਇਹਨਾਂ ਦੇ ਚਾਚਾ ਜੀ ਹੈ ਇਹ ਸਕੇ ਆ ਕਿ ਨਹੀਂ ਬੇੜੇ ਚੋਂ ਆ ਪਰ ਜਿਹੜੀ ਆਪਣੇ ਇਲਾਕੇ ਦੀ ਕਮਾਂਡ ਹੈ ਸਾਰੀ ਉਹ ਇਹ ਇਹ ਬੰਦਾ ਚਲਾਉਂਦਾ 75 ਸੇ ਕਈ ਬੰਦੇ ਇੱਕ ਮੈਂ ਹੋਰ ਗੱਲ ਕਹਿਣੀ ਜਾਂਦਾ ਕਈ ਬੰਦੇ ਇਥੇ ਬਗੈਰ ਪੁੱਛਦੇ ਪਿਸ਼ਾਬ ਕਰਨ ਨਹੀਂ ਜਾਂਦੇ ਇੰਦੀ ਪਾਰਟੀ ਦੇ ਇੱਕ ਹੈ ਤਾਂ ਬਹਿ ਜਾਓ ਉੱਠ ਜਾਓ ਇਹ ਉਹ ਬੰਦਾ ਏ ਕਹਿ ਲਈ ਇਹਨੂੰ ਵੀ ਗੁੰਡਾ ਸੌਤਾ ਦੀਆਂ ਬਹਿਲਮਾਂ ਦਾ ਇਸ ਬੰਦੇ ਨੇ ਕਿਆ ਲਿਖਿਆ ਜਦੋਂ ਮੇਰੀ ਉਹ ਪੋਸਟ ਪੈ ਗਈ ਨਾ ਉਹ ਪੈ ਗਈ ਰਿਕਾਰਡਿੰਗ ਉੱਤੇ ਬਾਅਦ ਦੂਜੀ ਗੱਲ ਮੈਂ ਇੱਕ ਹੋਰ ਦੱਸਣੀ ਜਾਂਦਾ ਵੀ ਇਹ ਆਪ ਦਾ ਹੁਣ ਮੈਨੂੰ ਇਹ ਨਹੀਂ ਪਤਾ ਮੈਂ ਫਿਰ ਕਹੋਗੇ ਤੁਸੀਂ ਵੀ ਪੜਿਆਂ ਵਾਲੀ ਗੱਲ ਕਰਦਾ ਮੈਨੂੰ ਕਿਸੇ ਨੇ ਦੱਸਿਆ ਵੀ ਇਹ ਇਹਨਾਂ ਦਾ ਅਫੀਸ਼ੀਅਲ ਪੇਜ ਹੈ ਕੋਈ ਆਪ ਦਾ ਜਿੱਤੇ ਵੇਜ ਹਰਜੋਤ ਸਿੰਘ ਬੈਂਚਪੋੜਾ ਸਾਰੀ ਨੰਗਲ ਤੇ ਲੱਗਾ ਪਾਰਟੀ ਦੇ ਜਿਹੜੇ ਮੇਨ ਬੰਦੇ ਆ ਚਾ ਬੜੇ ਬੜੇ ਚੇਅਰਮੈਨ ਆ ਕੋਈ ਢਾਹੇ ਸਾਹਿਬ ਆ ਕੋ ਕੋਈ ਆ ਉਹਦੇ ਵਿੱਚ ਇਹ ਗੱਲ ਪੈਂਦੀ ਜੀ ਹਰਜੋਤ ਸਿੰਘ ਦੀ ਸ਼ਰਾਫਤ ਦਾ ਦੱਸੋ ਸ਼ਰਾਫਤ ਦਾ ਨਜਾਇਜ਼ ਫਾਇਦਾ ਉਠਾ ਰਹੀਆਂ ਨੇ ਕਤਿਹੜਾਂ ਆ ਇਹਨਾਂ ਕਤਿਹੜਾਂ ਨੂੰ ਵੀ ਦਿਖਾ ਦਿਓ ਉੱਚੀ ਕਰਕੇ ਦਿਖਾ ਦਿਓ ਇਹ ਕਤਿਹੜਾ ਚਲੋ ਮੈਨੂੰ ਲੱਗਦਾ ਇਹਨਾਂ ਨੂੰ ਮਜਬੂਰ ਇਹਨਾਂ ਨੇ ਮਜਬੂਰ ਕਰਕੇ ਹਟਣਾ ਹਰਜੋਤ ਨੂੰ ਪੁਰਾਣੇ ਲੀਡਰਾਂ ਤੇ ਆਲੇ ਹੱਤ ਗੰਡੇ ਬਣਾਉਣ ਲਈ ਫਿਰ ਚੀਕਾ ਮਾਰਨਗੇ ਕਿ ਸਰਕਾਰ ਧੱਕਾ ਕਰਦੀ ਪਹਿਲਾਂ ਤਾਂ ਮੈਂ ਹਰਜੋਤ ਸਿੰਘ ਬੈਂਸ ਨੂੰ ਇੱਕ ਸਵਾਲ ਪੁੱਛਦਾ ਵੀ ਜਿਹੜਾ ਬਚਿੱਤਰ ਸਿੰਘ ਹੈ ਸਰਕਾਰ ਕਾਤੇ ਹੋਗੀ ਐਮਪੀ ਹੈ ਕੋਈ ਰਾਜ ਸਭਾ ਮੈਂਬਰ ਹੈ ਕੋਈ ਕਿਸੇ ਦਾ ਮੁੱਖ ਮੰਤਰੀ ਹੈ ਕਿਤੇ ਉਰੇ ਪਰੇ ਦਾ ਦੱਸਿਆ ਜਾਵੇ ਇਹ ਸਰਕਾਰ ਇਹਦੀ ਜਿਹੜੀ ਆ ਬਾਰਡਿੰਗ ਹੈ ਸਰਕਾਰ ਮਤਲਬ ਕਹਿੰਦੇ ਦੀ ਮੁੱਠੀ ਚ ਸਰਕਾਰ ਹੈ ਗੱਲ ਮੰਨਿਓ ਤਾਂ ਹੀ ਕਹਿ ਰਿਹਾ ਉਹ ਕਿ ਇਹ ਸਰਕਾਰ ਨੂੰ ਹਿਲਾਣ ਦੀ ਤਾਕਤ ਰੱਖਦਾ ਇਹ ਬੰਦਾ ਇਹ ਗੱਲ ਕਹਿ ਰਿਹਾ ਕੱਲੋਂ ਮੇਰਾ ਨੁਕਸਾਨ ਹੁੰਦਾ ਕਿਸੇ ਵੀ ਤਰ੍ਹਾਂ ਦਾ ਮੇਰੇ ਪਰਿਵਾਰ ਦਾ ਨੁਕਸਾਨ ਹੁੰਦਾ ਮੇਰੇ ਕਿਸੇ ਨਾ ਭਰਾਵਾਂ ਦਾ ਨੁਕਸਾਨ ਹੁੰਦਾ ਕਿਉਂਕਿ ਕੱਲੇ-ਕੱਲੇ ਨੂੰ ਮੈਨੂੰ ਜਿੱਥੇ ਤੱਕ ਉਹਣ ਛੋੜੀ ਹੋਣੀਆਂ ਗੱਲਾਂ ਦੇ ਪਤਾ ਲੱਗਦਾ ਵੀ ਉਹ ਟਾਰਗੇਟ ਕਰਨ ਨੂੰ ਫਿਰਦੇ ਡੰਬ ਵਾਲੇ ਨੂੰ ਇਹ ਕਹਿ ਰਹੇ ਵੀ ਦੋ ਮਹੀਨੇ ਤੁਸੀਂ ਇੱਧਰ-ਉੱਧਰ ਮੜਾ ਜਾ ਕੰਮ ਚਲਾ ਲਓ ਇਹ ਤਾਂ ਅਸੀਂ ਲੈ ਲਏ ਪਹਿਲਾਂ ਖਰੀਦ ਕੇ ਦੇਖ ਲਿਆ ਖਰੀਦ ਨਹੀਂ ਹੋਏ ਹੁਣ ਲੈ ਆਲੀ ਗੱਲ ਤਾਂ ਪੰਜਾਬੀ ਸਾਰੇ ਸਮਝਦੇ ਹੀ ਆ ਕਿ ਕਿੱਧਰੋਂ ਲੈਣਾ ਉਹਨੇ ਤੁਹਾਨੂੰ ਇਹ ਬੰਦੇ ਦਾ